ਯਾਰ ਮੈਂ ਟੀ ਸ਼ਰਟ ਵੀ ਸ਼ਰਟ ਕੋਈ ਨਹੀਂ ਪਾਈ ਦੀ ਅਤੇ ਮੈਂ ਪਾਈ ਹੈ ਜੀ ਇੱਕ ਟ੍ਰੈਂਡਿੰਗ ਦੀ ਸ਼ਰਟ ਅਤੇ ਟ੍ਰੈਂਡ ਇਹੋ ਜਿਹਾ ਚੱਲ ਪਿਆ ਕਿ ਜਗ੍ਹਾ ਜਗ੍ਹਾ ਬੜੀਆਂ ਬੜੀਆਂ ਹਰ ਜਗ੍ਹਾ ਇਹ ਸ਼ਰਟ ਇਹੋ ਜਿਹੀ ਮਿਲ ਰਹੀ ਹੈ ਅਤੇ ਭਾਜੀ ਕੀ ਹਾਲ ਚਾਲ ਮੈਂ ਭਾਜੀ ਸ਼ਰਟ ਦੀ ਤਾਰੀਫ ਹੀ ਕਰ ਰਿਹਾ ਸੀ ਇਹ ਸ਼ਰਟ ਦਾ ਇੰਨਾ ਟ੍ਰੈਂਡ ਚੱਲ ਪਿਆ ਕਿ ਜਗ੍ਹਾ ਜਗ੍ਹਾ ਮਿਲ ਰਹੀ ਹੈ ਭਾਜੀ ਇਹ ਸ਼ਰਟ ਆ ਕੁੜਤੇ ਪਜਾਮੇ ਜੇ ਪਾ ਕੇ ਨਾ ਕੋਈ ਕਾਲਜ ਨਹੀਂ ਜਾਂਦਾ ਅੱਜ ਕੱਲ੍ਹ ਨਵਾਂ ਸਟਾਈਲ ਚੱਲਿਆ ਹੋਇਆ ਬੈਲ ਬੋਟਮ ਧਰਮਿੰਦਰ ਲੰਬੂ ਸਟਾਈਲ ਉਹ ਬਣਾਉਣੀ ਭਾਜੀ ਤੁਸੀਂ ਕਿੱਥੇ ਮੈਂ ਤਾਂ ਵੈਸੇ ਘੁੰਮਣਾ ਸੀ ਅੱਜ ਅਸੀਂ ਭਾਜੀ ਅੱਜ ਨਾ ਬਲੈਕੀਆ ਦਾ ਪ੍ਰੋਮੋਸ਼ਨਲ ਟਰੈਕ ਇੱਥੇ ਸ਼ੂਟ ਕਰ ਰਹੇ ਹਾਂ ਅੱਛਾ ਸਿੰਘਾਂ ਦੇ ਨਾਲ ਅੱਛਾ ਹਾਂ ਅਤੇ ਅੱਜ ਉਹਦਾ ਜਿਹੜਾ ਹੈਗਾ ਵੀਡੀਓ ਕਰਦਾ ਉਦਾਂ ਦਾ ਸਿੰਘਾ ਗਾਣਾ ਗਾਉਂਦਾ ਤਾਂ ਅਸੀਂ ਸੋਚਿਆ ਕਿ ਉਹ ਕੰਬੀਨੇਸ਼ਨ ਜਿਹੜਾ ਹੈਗਾ ਚਲੋ ਫਿਰ ਉਹਨੂੰ ਚਲਾਉਂਦੇ ਹਾਂ ਆਪਾਂ ਅਤੇ ਇਹ ਕੰਬੀਨੇਸ਼ਨ ਮੈਨੂੰ ਬੜਾ ਪਸੰਦ ਆ ਰਿਹਾ ਜੀ ਸ਼ਰਟ ਵੀ ਮੈਂ ਪਾਈ ਦੀ ਹੈ ਅਤੇ ਮੈਂ ਪਹੁੰਚਿਆ ਸੀ ਘੁੰਮਣ ਵਾਸਤੇ ਅਤੇ ਭਾਅ ਜੀ ਮਿਲ ਚੁੱਕਿਆ ਭਾਅ ਜੀ ਤਾਂ ਔਨ ਲੋਕੇਸ਼ਨ ਸ਼ੂਟ ਕਰ ਰਹੇ ਭਾਅ ਜੀ ਆਪਣੀ ਟੀਮ ਨਾਲ ਮਿਲਵਾ ਦਿਓ ਸਾਡੀ ਟੀਮ ਹੈ ਜੀ ਸਭ ਤੋਂ ਪਹਿਲਾਂ ਤਾਂ ਸਾਡੇ ਪ੍ਰੋਡਿਊਸਰ ਸਾਹਿਬ ਵਿਵੇਕ ਕੋਰੀ ਜੀ ਅਤੇ ਭਾਈ ਸਿੰਘਾ ਜੀ ਅਤੇ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਹੈ ਅਰੇ ਔਰ ਸਾਡਾ ਇਹਨਾਂ ਦਾ ਟੇਸਟ ਵੀ ਮੇਰੇ ਵਰਗੇ ਹੀ ਹੈ ਜਿਹੋ ਜਿਹੇ ਮੈਂ ਫਿਲਮਾਂ ਕਰਦਾ ਹੋ ਜੇ ਬਾਈ ਗਾਣੇ ਗਾਉਂਦੇ ਨੇ ਸੋ ਬਾਈ ਜੀ ਲਓ ਦੋ ਸ਼ਬਦ ਬੋਲੋ ਕੀ ਚੱਲ ਰਿਹਾ ਪੁੱਛੋ ਇੱਥੇ ਭਾਅ ਜੀ ਵੀ ਬੈਠੇ ਇਹਨਾਂ ਨੂੰ ਇੰਟਰੋਡਿਊਸ ਕਰਦੇ ਆ ਪ੍ਰਮੋਦ ਸ਼ਰਮਾ ਰਾਣਾ ਜੀ ਅਤੇ ਬਹੁਤ ਵਧੀਆ ਸ਼ੂਟ ਚੱਲਦਾ ਪਿਆ ਅਤੇ ਫਸਟ ਟਾਈਮ ਦੇ ਭਾਅ ਜੀ ਨਾਲ ਕੰਮ ਕਰਨ ਦਾ ਮੌਕਾ ਅਤੇ ਉਹੀ ਭਾਅ ਜੀ ਦੀ ਬਦੌਲਤ ਅਤੇ ਬਹੁਤ ਚੰਗਾ ਲੱਗਦਾ ਪਿਆ ਸੀਨੀਅਰ ਨੇ ਕੁਛ ਸਿੱਖ ਕੇ ਹੀ ਜਾਵਾਂਗੇ ਆਪਾਂ ਪਿਛਲੀ ਵਾਰ ਸਾਡਾ ਡੋਲਰ ਆਇਆ ਸੀ ਇਸ ਵਾਰ ਸਾਡਾ ਯਾਰ ਹੋਰ ਹੀ ਆ ਰਿਹਾ ਔਰ ਬਾਈ ਦੇ ਗਾਣੇ ਦਾ ਮੈਂ ਆਪ ਫੈਨ ਹਾਂ ਪਿੱਛੇ ਜੇ ਬਾਈ ਦਾ ਗਾਣਾ ਆਇਆ ਸੀ ਉਹਦਾ ਵੀਡੀਓ ਵੀ ਬੜਾ ਸੋਹਣਾ ਬਣਿਆ ਬਾਈ ਦਾ ਸਟਾਈਲ ਬਹੁਤ ਵਧੀਆ ਸਿੰਘਾ ਬੋਲਦਾ ਵੀਰੇ ਅਰੇ ਵਾਹ ਜੀ ਵਾਹ ਸਿੰਘਾ ਬੋਲਦਾ ਵੀਰੇ ਅਰੇ ਵਾਹ ਜੀ ਆਪਾਂ ਜੀ ਬਲੈਕੀਆ ਦੀ ਗੱਲ ਕਰੀਏ ਬਲੈਕੀਆ ਦਾ ਪ੍ਰੋਮੋ ਤੁਸੀਂ ਦੇਖਿਆ ਹੋਣਾ ਹਾਂਜੀ ਅਤੇ ਅੱਜ ਗਾਣਾ ਵੀ ਸ਼ੂਟ ਹੋ ਰਿਹਾ ਪ੍ਰੋਮੋਸ਼ਨ ਟਰੈਕ ਜਸਟ ਬਿਫੋਰ ਦ ਰਿਲੀਜ਼ ਭਾਅ ਜੀ ਕੀ ਕਹਿਣਾ ਚਾਹੋਗੇ ਪ੍ਰੋਮੋ ਜੋ ਜੋ ਤੁਸੀਂ ਇਹਨਾਂ ਨੂੰ ਦੇਖਿਆ ਤਾਂ ਆਪ ਭਾਈ ਦੇ ਫੈਸ਼ਨ ਦਾ ਹੁਣ ਦੀਵਾਨਾ ਹੋ ਗਿਆ ਦੇਖੋ ਤੁਸੀਂ ਅਰੇ ਮੈਂ ਸੋਚਦਾ ਪਿਆ ਇਹਨੂੰ ਅੱਗੇ ਵੀ ਕੈਰੀ ਕੀਤਾ ਜਾਵੇ ਨਾ ਇਹਨੂੰ ਵੱਡੇ ਲੈਵਲ 'ਤੇ ਕਰ ਸਕਦੇ ਹਾਂ ਆਪਾਂ ਬਹੁਤ ਵਧੀਆ ਕਿਤੇ ਸ਼ੋਅ ਵਗੈਰਾ ਜਾਂ ਕਿਤੇ ਹੋਰ ਵੀ ਨਾ ਮੈਂ ਤਾਂ ਕਹਿੰਦਾ ਮੇਰਾ ਪਰਮਾਨੈਂਟ ਹੀ ਬਣ ਜਾਵੇ ਤਾਂ ਵਧੀਆ ਬਾਈ ਦਾ ਸਟਾਈਲ ਸਾਰੇ ਸਾਰੇ ਦੇਖਦੇ ਨੇ ਪ੍ਰੋਮੋ ਦੇਖਿਆ ਟੀਜ਼ਰ ਦੇਖਿਆ ਆਪਾਂ ਜਿਹੜਾ ਐਂਡ ਮੈਨੂੰ ਤਾਂ ਬਹੁਤ ਵਧੀਆ ਲੱਗਾ ਅਤੇ ਉਸ ਤੋਂ ਬਾਅਦ 'ਚੋਂ ਆਪ ਹੁਣ ਇਹਦਾ ਹਿੱਸਾ ਬਣਨ ਜਾ ਰਹੇ ਹਾਂ ਤਾਂ ਵਾਹਿਗੁਰੂ ਦਾ ਸ਼ੁਕਰ ਹੈ ਅਤੇ ਇਹਨਾਂ ਦਾ ਥੈਂਕਸ ਆ ਭਾਅ ਜੀ ਹੁਣਾਂ ਦਾ ਕਿੰਨੇ ਕਾਬਲ ਸਮਝਿਆ ਸਨ ਇਨਫੈਕਟ ਮੈਂ ਤਾਂ ਬੈਲ ਬੋਟਮ ਵੀ ਖੋਜਣ ਦੀ ਕੋਸ਼ਿਸ਼ ਕੀਤੀ ਉਹ ਮਿਲ ਰਹੀ ਸੀ ਲੇਕਿਨ ਮੇਰੇ ਸਾਈਜ਼ ਹੀ ਨਹੀਂ ਮਿਲੀ ਭਾਅ ਜੀ ਕੋਲ ਲੈ ਕਿਉਂਕਿ ਭਾਅ ਜੀ ਟ੍ਰਿਮ ਕਰਾ ਕੇ ਦਵਾਂਗੇ ਟ੍ਰਿਮ ਕਰਾ ਕੇ ਦਾਂਗੇ ਸੋ ਪ੍ਰਮੋਦ ਭਾਅ ਜੀ ਕਿੱਦਾਂ ਦਾ ਫੀਲ ਹੋ ਰਿਹਾ ਬੇਸਿਕਲੀ ਦੋ ਧੁਰੰਧਰ ਆਰਟਿਸਟ ਅਤੇ ਨਾਲੇ ਇੱਕ ਪ੍ਰੋਡਿਊਸਰ ਪਹਿਲਾਂ ਤਾਂ ਪੀਟੀਸੀ ਪੰਜਾਬੀ ਦੇਖਣ ਵਾਲਿਆਂ ਨੂੰ ਪਿਆਰ ਵਾਲੀ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਹੋਰੀ ਸਾਹਿਬ ਦਾ ਥੈਂਕ ਯੂ ਕਿਉਂਕਿ ਹੋਰੀ ਸਾਹਿਬ ਬਹੁਤ ਪੁਰਾਣੇ ਆ ਸਾਡੇ ਨੋਨ ਆ ਇੰਡਸਟਰੀ ਦੇ ਕਿੰਗ ਕਹਿੰਦੇ ਮੇਕਰ ਹੈ ਵੀ ਅਤੇ ਇਹਨਾਂ ਥੈਂਕ ਯੂ ਕਿਉਂਕਿ ਇਹਨਾਂ ਦਾ ਪਹਿਲਾ ਗਾਣਾ ਮੈਂ ਡਾਇਰੈਕਟ ਕਰ ਰਿਹਾ ਦੇਵ ਭਾਅ ਜੀ ਨਾਲ ਪਹਿਲੀ ਵਾਰ ਕੰਮ ਕਰਨ ਦਾ ਮੌਕਾ ਮਿਲ ਰਿਹਾ ਉਹਨਾਂ ਦੀਆਂ ਸਾਰੀਆਂ ਫਿਲਮਾਂ ਬੜੀਆਂ ਸੁਪਰ ਹਿੱਟ ਵਾ ਅਤੇ ਸਿੰਘਾ ਭਾਅ ਦੇ ਨਾਲ ਕੰਮ ਕਰਨ ਦਾ ਮੌਕਾ ਮਿਲ ਰਿਹਾ ਬਾਕੀ ਇਹੀ ਆ ਵੀ ਸਾਰੀ ਟੀਮ ਬਹੁਤ ਵਧੀਆ ਬਲੈਕੀ ਆ ਰਹੀ ਆ ਸਾਰੇ ਬਲੈਕੀ ਜਿਹੜੀ ਮੂਵੀ ਦਾ ਟ੍ਰੇਲਰ ਉਹ ਪਸੰਦ ਕਰ ਰਹੇ ਆ ਤਾਂ ਫਿਲਮ ਦਾ ਪ੍ਰਮੋਸ਼ਨਲ ਸੌਂਗ ਅੱਜ ਸ਼ੂਟ ਕਰ ਰਹੇ ਹਾਂ ਅਸੀਂ ਅਤੇ ਇਹਨਾਂ ਸਾਰਿਆਂ ਦਾ ਭਾਅ ਜੀ ਹੋਣਾ ਦਾ ਉਹਰੀ ਸਾਹਿਬ ਦਾ ਸਾਰਿਆਂ ਦਾ ਥੈਂਕ ਯੂ ਆ ਅਤੇ ਮੈਂ ਇੱਕ ਗੱਲ ਹੋਰ ਵੀ ਉਹਨਾਂ ਦੇ ਮੈਨੂੰ ਲੱਗਦਾ ਰਾਈਟਰ ਵੀ ਇੱਥੇ ਖੜ੍ਹੇ ਆ ਮੈਂ ਚਾਹੁੰਦਾ ਰਾਈਟਰ ਭਾਅ ਜੀ ਇੱਥੇ ਆ ਨਾ ਪ੍ਰਣਵ ਤੁਸੀਂ ਵੀ ਆ ਜਾਓ ਪਲੀਜ਼ ਸਾਰੇ ਆ ਜਾਓ ਮਤਲਬ ਫਿਲਮ ਦੇ ਰਾਈਟਰ ਨੇ ਭਾਅ ਜੀ ਅਤੇ ਬਾਕੀ ਭਾਅ ਜੀ ਉਹਰੀ ਸਾਹਿਬ ਸਾਰਾ ਦੱਸੋਗੇ ਪਲੀਜ਼ ਇਸ ਤੋਂ ਪਹਿਲਾਂ ਭਾਅ ਜੀ ਨੇ ਗਾਂਧੀ 2 ਦਾ ਸਕਰੀਨ ਪਲੇ ਕੀਤਾ ਸੀ ਫਿਰ ਡਾਕੂਆਂ ਦੇ ਮੁੰਡੇ ਦਾ ਅਤੇ ਹੁਣ ਬਲੈਕੀ ਆ ਇਹ ਵੀ ਜਿਵੇਂ ਬਾਈ ਚੱਕਵੇਂ ਗਾਣੇ ਗਾਉਂਦਾ ਅਤੇ ਮੈਂ ਚੱਕਵੀਆਂ ਫਿਲਮਾਂ 'ਤੇ ਚੱਕਵਾਂ ਲਿਖਦੇ ਆ ਸੋ ਇਹ ਪੂਰੀ ਇੱਕ ਕੰਬੀਨੇਸ਼ਨ ਬਣਿਆ ਸਾਰੀ ਟੀਮ ਦਾ ਲਿਖ ਤੂੰ ਦਿਨ ਦਿਹਾੜੇ ਇੱਕ ਸ਼ਰੀਫ ਆਦਮੀ ਨੂੰ ਗੋਲੀ ਮਾਰਤੀ ਬਾਕੀ ਮਨਾਉਣਾ ਤਾਂ ਛੱਡ ਪਹਿਲਾਂ ਇਹੀ ਮਨਵਾ ਲਾ ਕਿ ਮੈਂ ਤੇਰੇ ਥਾਣੇ 'ਚ ਤੇਰੇ ਥੱਪੜ ਮਾਰੇ ਇੰਦਰ ਭਾਅ ਜੀ ਮੈਂ ਕਹਿਣਾ ਚਾਹਾਂਗਾ ਤੁਹਾਡੀ ਫਿਲਮ ਦੇ ਜਿਹੜੇ ਪ੍ਰੋਮੋ ਹੈ ਨਾ ਉਹ ਛਾਏ ਦੇ ਹੈ ਅਤੇ ਅੱਜ ਜਿਹੜਾ ਗਾਣਾ ਸ਼ੂਟ ਹੋ ਰਿਹਾ ਤੁਹਾਨੂੰ ਮੈਂ ਦੱਸਦਾ ਮੈਂ ਔਨ ਲੋਕੇਸ਼ਨ 'ਤੇ ਛੋਟੇ ਛੋਟੇ ਗਲਿਮਸ ਤੁਹਾਡੇ ਸਾਰਿਆਂ ਨੂੰ ਦਿਖਾ ਰਿਹਾ ਸਾਈਡ ਬਾਏ ਸਾਈਡ ਅਤੇ ਇਹੋ ਜਿਹਾ ਜਿਹੜਾ ਪੰਜਾਬੀ ਗਾਣਾ ਨਾ ਬੇਸਿਕਲੀ ਪੰਜਾਬੀ ਨਹੀਂ ਲੱਗ ਰਿਹਾ ਭਾਅ ਜੀ ਇਟਸ ਲਾਈਕ ਬਿਗ ਸੌਂਗ ਜਿਹੜਾ ਭਾਅ ਜੀ ਤੁਸੀਂ ਫਿਲਮਾ ਰਹੇ ਹੋ ਅਤੇ ਤੁਸੀਂ ਸਰ ਇਹ ਗਾਣਾ ਮੈਨੂੰ ਮੈਂ ਪੂਰਾ ਕਹਿ ਸਕਦਾ ਕਿ ਗਾਣਾ ਅੱਗ ਲਾਉਣ ਵਾਲਾ ਆਉਣ ਵਾਲੇ ਦਿਨਾਂ 'ਚ
ਜਿਹੜੇ ਸਾਡੇ ਫੈਨ ਨੇ ਜਾਂ ਭਾਈ ਨੂੰ ਫੋਲੋ ਕਰਦੇ ਆ ਜਾਂ ਮੈਨੂੰ ਫੋਲੋ ਕਰਦੇ ਆ, ਹਰ ਇੱਕ ਦੀ ਜ਼ੁਬਾਨ ਤੇ ਹੋਊਗਾ ਇਹ ਗਾਣਾ, ਜ਼ੁਬਾਨ ਤੇ ਹੋਏਗਾ। ਹਾਂਜੀ ਚੰਗਾ ਭਾਜੀ, ਬਸ ਇੰਨਾ ਕੁ ਕਹਿਤਾ ਭਾਈ ਨੇ ਹੀ ਬਹੁਤ ਸਾਡੇ ਲਈ, ਤੇ ਕੰਮ ਕਰਦੇ ਆ ਅੱਗੇ ਵੀ ਕਰਦੇ ਰਹਿਣਾ, ਤੇ ਉਹੀ ਗੱਲ ਕੀਤੀ ਆ ਮੈਂ ਕਿ ਆਇਆ ਕੋ ਸਿੱਖ ਕੇ ਜਾਵਾਂ। ਅੱਛਾ ਪ੍ਰਮੋਦ ਭਾਜੀ ਦੀ ਖਾਸ ਗੱਲ ਹੈ, ਪ੍ਰਮੋਦ ਭਾਈ ਨੇ ਅੱਜ ਬਲੈਕ ਪਾਇਆ ਹੈ ਤੇ ਕਹਿੰਦੇ ਮੈਂ ਪੂਰਾ ਪੂਰਾ ਬਲੈਕ ਹੀ ਆ, ਪੂਰਾ ਪੂਰਾ ਕਰ ਹੀ ਦਿੱਤਾ। ਤੇ ਭਾਈ ਦੇ ਦੇਖੋ ਭਾਈ ਨੇ ਟ੍ਰੈਂਡ ਜਿਸ ਲੈਵਲ ਦੇ ਉੱਤੇ ਫਿਲਮ ਸਾਰੀ ਬਣੀ ਹੈ, ਸਾਰਾ ਕੁਛ ਅੱਜ ਸੈੱਟ ਤੇ ਆ ਕੇ ਦੇਖਿਆ, ਮਾਹੌਲ ਬਿਲਕੁਲ ਉਵੇਂ ਹੀ ਹੈ, ਸਭ ਕੁਛ ਗਾਣਾ ਵੀ ਉਸੇ ਲੈਵਲ ਦੇ ਉੱਤੇ ਸ਼ੂਟ ਹੋ ਰਿਹਾ ਜਿਵੇਂ ਫਿਲਮ ਬਣੀ ਆ, ਬਹੁਤ ਵਧੀਆ ਹੋ ਰਿਹਾ ਕੰਮ, ਸੋ ਅਸੀਂ ਸਾਰੇ ਬਹੁਤ ਐਕਸਾਈਟਡ ਹਾਂ, ਹੁਣ ਵੇਟ ਹੈ 3 ਮਈ ਦਾ। ਬਿਜ਼ਨਸਮੈਨ ਮੱਥਾ ਨਹੀਂ ਲਾਉਂਦੇ, ਹੱਥ ਮਿਲਾਉਂਦੇ ਆ। ਦੂਜਿਆਂ ਦੇ ਦਮ ਤੇ ਸਰਕਸ ਦਾ ਸ਼ੇਰ ਬਣਿਆ ਜਾਂਦਾ ਚੀਮਾ ਸਾਹਿਬ, ਤੇ ਆਪਣੇ ਦਮ ਤੇ ਜੰਗਲ ਦਾ। ਦੇਵ ਇਹਨਾਂ ਪਹਿਲੀ ਵਾਰ ਪਿਕਚਰ ਕਰ ਰਹੇ ਹੈ ਤੇ ਬਹੁਤ ਪੋਜ਼ਿਟਿਵ ਐਨਰਜੀ ਹੈ, ਬਹੁਤ ਡਾਊਨ ਟੂ ਅਰਥ ਹੈ, ਔਰ ਕ੍ਰੀਏਟਿਵਲੀ ਇੰਨੇ ਇਨਵੋਲਵ ਰਹਿੰਦੇ ਹਨ ਕਿ ਆਰਟਿਸਟ 'ਚ ਹਰ ਵੀ ਕੋਈ ਇੱਦਾਂ ਇਨਵੋਲਵ ਰਹੇ ਨਾ, ਉਹ ਚੀਜ਼ਾਂ ਨਿਕਲ ਕੇ ਬਹੁਤ ਕੁਛ ਆਵੇ ਬਾਹਰ ਹਰ ਪ੍ਰੋਡਕਟ ਦੇ ਵਿੱਚ, ਕਿਉਂਕਿ ਨਾ ਇਹ ਇੱਕ ਇੱਕ ਚੀਜ਼ ਦੇ ਵਿੱਚ ਮਾਈਨਿਊਟਲੀ ਬਹੁਤ ਕਰੈਕਸ਼ਨ ਭਾਲਦੇ ਹੈਗੇ, ਔਰ ਉਹਦੇ ਨਾਲ ਆਮ ਆਡੀਅੰਸ ਨੂੰ ਦੇਖ ਚੰਗਾ ਸਿਨੇਮਾ ਦੇਖਣ ਨੂੰ ਮਿਲਦਾ। ਬਿਲਕੁਲ, ਔਰ ਇੰਦਰ ਨੇ ਬਹੁਤ ਵਧੀਆ ਸਕ੍ਰਿਪਟ ਲਿਖੀ ਹੈ, ਔਰ ਸਾਨੂੰ ਤਾਂ ਬਹੁਤ ਹੋਪ ਹੈ ਕਿ ਤੁਹਾਡਾ ਪਿਆਰ 3 ਮਈ ਨੂੰ ਸਾਨੂੰ ਇਹ ਮਿਲੂਗਾ, ਔਰ ਹੁਣ ਆਹ ਗਾਣਾ ਕਰ ਰਹੇ ਹਾਂ, ਸਿੰਘਾ ਬਾਈ ਵੀ ਨਾਲ ਹੈ, ਅਤੇ ਸਾਨੂੰ ਇਹ ਦੋਨੋਂ ਦੇਵ ਔਰ ਸਿੰਘਾ ਹੀ ਕੋਂਬੀਨੇਸ਼ਨ ਸੰਤ ਲੱਗਦੇ ਅੱਗ ਲਾਊਗੀ ਇਹਦੇ 'ਚ, ਬੜਾ ਬੜਾ ਸਾਰਾ ਕੋਂਬੀਨੇਸ਼ਨ ਹੋਣ ਲੱਗ ਬੇਸਿਕਲੀ, ਤੁਹਾਨੂੰ ਨਵਾਉਣ ਵੀ ਵਾਲੇ ਆ ਭਾਅ ਜੀ, ਉਸ ਤੋਂ ਬਾਅਦ ਅੱਗ 'ਚੋਂ ਨਿਕਾਲਣ ਵੀ ਵਾਲੇ ਹੈ, ਬੜਾ ਕੁਛ ਕਰਨ ਵਾਲੇ ਆ, ਲੇਕਿਨ ਆਪਾਂ ਛੋਟੇ ਛੋਟੇ ਗਲਿਮਸ ਹੀ ਪਹਿਲਾਂ ਠੰਡਾ ਕਰਨਗੇ ਫਿਰ ਗਰਮ ਕਰਨਗੇ ਪਹਿਲਾਂ ਕਰੋਗੇ। ਸੋ ਭਾਅ ਜੀ ਸਾਡੀ ਜਿਹੜੀ ਪੰਜਾਬੀ ਆਡੀਅੰਸ ਹੈ ਉਹਨਾਂ ਲਈ 2 ਲਾਈਨਾਂ ਵਜੇ ਸੀ ਗਾਣੇ ਦੀ, ਇਸ ਟਾਈਮ ਦੇਖ ਰਹੀ ਉਹ ਯਾਰਾਂ ਦੀ ਸਪੋਰਟ ਕੰਮ ਕੈਮ ਬਲੀਏ, ਯਾਰ ਮੇਰੇ ਖਰੇ ਨਾਲ ਖੜੀ ਜਾਂਦੇ ਆ। ਅਤੇ ਇਹ ਗਾਣਾ ਜਿੱਦਾਂ ਪਹਿਲਾਂ ਆਪਾਂ ਬਹੁਤ ਗਾਣਿਆਂ ਦੀ ਸਲੈਕਸ਼ਨ ਜਿਹੜੀ ਕੀਤੀ ਆ ਨਾ ਆਪਾਂ ਬਹੁਤ ਹੀ ਪਹਿਲਾਂ ਔਰੀ ਭਾਅ ਜੀ ਨੂੰ ਪਹਿਲਾਂ ਹੋਰ ਵੀ ਗਾਣੇ ਆਪਾਂ ਬਣਾਏ, ਦੇਸੀ ਗੁਰੂ ਭਾਈ ਉਹਨਾਂ ਨੇ ਮਿਊਜ਼ਿਕ ਕੀਤਾ ਇਹਦਾ, ਅਤੇ ਬਹੁਤ ਗਾਣੇ ਬਣਾਏ, ਪਰ ਫਿਰ ਆਪਾਂ ਸਲੈਕਸ਼ਨ ਕਰਕੇ ਵਧੀਆ ਮਤਲਬ ਗਾਣਾ ਕੱਢਿਆ, ਅਤੇ ਹੋਪ ਤੁਸੀਂ ਪਿਆਰ ਸਪੋਰਟ ਸ਼ੇਅਰ ਕਰੋਗੇ ਦੱਬ ਕੇ, ਅਤੇ ਗਾਣੇ 'ਤੇ ਮਿਹਨਤ ਲੱਗ ਰਹੀ ਆ, ਇਕੱਲੀ ਇਕੱਲੀ ਟੀਮ ਦਾ ਇਕੱਲਾ ਇਕੱਲਾ ਮੈਂਬਰ ਮਿਹਨਤ ਕਰ ਰਿਹਾ, ਤੁਸੀਂ ਦੇਖ ਸਕਦੇ। ਸਾਰੀ ਫਿਲਮ ਇਹਨਾਂ ਨੇ ਹੀ ਕੀਤੀ ਹੈ। ਐਨੀਵੇਜ਼ ਇਹੀ ਕਹਿਣਾ ਚਾਹਾਂਗੇ, 3 ਤਰੀਕ ਲੌਕ ਕਰ ਲਓ, 3 ਤਰੀਕ ਨੂੰ ਫਿਲਮ ਰਿਲੀਜ਼ ਹੋ ਰਹੀ ਹੈ ਜੀ, ਬਲੈਕੀਆ ਤੇ ਜਾਓ ਜਾ ਕੇ ਦੇਖੋ, ਇਹ ਪ੍ਰਮੋਸ਼ਨਲ ਟਰੈਕ ਦੇ ਨਾਲ ਨਾਲ ਜਿਹੜਾ ਤੁਹਾਡੀ ਫਿਲਮ ਹੈ ਬੜੀ ਗਾ ਪਾ ਜਾਂਦੀ ਹੈ ਭਾਅ ਜੀ, ਐਂਡ ਇਹੋ ਜਿਹੀ ਸ਼ਰਟਾਂ ਹੋਰ ਵੀ ਮੈਂ ਲੈਣਾ ਚਾਹਾਂਗਾ। ਕੋਈ ਨਹੀਂ, ਗਿਫਟ ਕਰਾਂਗੇ ਤੁਹਾਨੂੰ। ਬਿਲਕੁਲ ਜੀ, ਚਲੋ ਜੀ ਇੱਕ ਵਾਰੀ ਮੈਸੇਜ ਪਰ ਆਡੀਅੰਸ, ਮੈਸੇਜ ਇਹ ਹੈ ਜੀ ਕਿ ਤੁਸੀਂ ਹੁਣ ਤੱਕ ਮੀਨਿੰਗਫੁਲ ਸਿਨੇਮਾ ਕਰਦੇ ਆਏ ਆ, ਔਰ ਥੋੜ੍ਹਾ ਜਿਹਾ ਲੀਗ ਤੋਂ ਹੱਟ ਕੇ ਸਿਨੇਮਾ ਕਰਦੇ ਆ, ਤੁਸੀਂ ਬਹੁਤ ਪਿਆਰ ਦਿੱਤਾ ਗਾਂਧੀ ਨੂੰ, ਡਾਕੂਆਂ ਦੇ ਮੁੰਡੇ ਨੂੰ, ਤੇ ਹੁਣ ਵਾਰੀ ਹੈ ਜੀ ਬਲੈਕੀਆ ਦੀ, ਇਹ ਵਾਅਦਾ ਰਿਹਾ ਤੁਹਾਨੂੰ ਨਿਰਾਸ਼ ਨਹੀਂ ਕਰਦੇ। ਬਿਲਕੁਲ ਜੀ, 3 ਮਈ ਨੂੰ ਸੰਗਾ ਵਾਰੀ ਮੈਸੇਜ ਅਪੀਲ, ਥੈਂਕ ਯੂ, ਅਪੀਲ ਟੂ ਆਡੀਅੰਸ, 3 ਤਰੀਕ ਨੂੰ ਆ ਰਹੀ ਹੈ ਜੀ ਫਿਲਮ ਬਲੈਕੀਆ, ਅਤੇ ਸਾਰੇ ਜਣੇ ਸਪੋਰਟ ਪਿਆਰ ਦੱਬ ਕੇ, ਅਤੇ ਨਵੀਂ ਚੀਜ਼ ਤੁਸੀਂ ਟ੍ਰੇਲਰ 'ਚ ਦੇਖ ਲਿਆ, ਅਤੇ ਸਿਨੇਮੇ 'ਚ ਜਾ ਕੇ ਦੇਖੋ, ਸਵਾਦ ਆਊਗਾ ਪੂਰਾ, ਧੱਕ ਪਾ ਕੇ ਰੱਖਣਾ। ਲਵ ਯੂ, ਤੁਹਾਨੂੰ।